ਗੁਰਦੇਵ ਸਿੰਘ ਲਾਖਮਣਾ ਜਨਰਲ ਸਕੱਤਰ ਪੰਜਾਬ ਨੂੰ ਹਲਕਾ ਖੇਮਕਰਨ ਦੇ ਵੱਖ ਵੱਖ ਪਿੰਡਾਂ ਤੋਂ ਆਮ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਕੀਤਾ ਜਾ ਰਿਹਾ ਹੈ ਸਨਮਾਨਿਤ। ਹਲਕਾ ਖੇਮਕਰਨ ਦੇ ਵੱਖ ਵੱਖ ਪਿੰਡਾਂ 'ਚੋਂ ਪਹੁੰਚ ਰਹੇ ਵਲੰਟੀਅਰ ਅਤੇ ਵਰਕਰਾਂ ਅਤੇ ਵੋਟਰਾਂ ਸਪੋਟਰਾਂ ਵੱਲੋਂ ਗੁਰਦੇਵ ਸਿੰਘ ਲਾਖਣਾ ਨੂੰ ਅੱਜ ਉਹਨਾਂ ਦੇ ਗ੍ਰਹਿ ਵਿਖੇ ਪਿੰਡ ਡੱਲ ਤੋਂ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਵੋਟਰ ਸਪੋਟਰ ਸਨਮਾਨਿਤ ਕਰਨ ਪਹੁੰਚੇ। ਇਸ ਮੌਕੇ ਗੁਰਦੇਵ ਸਿੰਘ ਲਾਖਣਾ ਨੇ ਵੀ ਜਿੱਤ ਦੀ ਖੁਸ਼ੀ 'ਤੇ ਸਭਨਾਂ ਨੂੰ ਵਧਾਈ ਦਿੱਤੀ ਅਤੇ ਪਿੰਡ ਡੱਲ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ। ਸਾਰੇ ਵਰਕਰਾਂ ਵਿੱਚ ਖੁਸ਼ੀ ਦਾ ਦੌਰ ਹੈ, ਮਾਹੌਲ ਹੈ, ਕਿਉਂਕਿ ਇਹ ਸਾਰੇ ਸਾਥੀ ਪਿੰਡ ਡੱਲ ਤੋਂ ਆਏ ਆ। ਸਾਡੇ ਜਿੰਨੇ ਵੀ ਉੱਥੇ ਦੇ ਪੁਰਾਣੀਆਂ ਕਮੇਟੀ ਹੈ, ਬੂਥ ਇੰਚਾਰਜ ਨੇ, ਜਿੰਨਾ ਵੀ ਸਾਡਾ ਭਾਈਚਾਰਾ ਜਿਨ੍ਹਾਂ ਨੇ ਉੱਥੇ ਪਾਰਟੀ ਦਾ ਮੁੱਢ ਬੰਨਿਆ ਸੀ, ਅਤੇ ਉਹ ਸਾਰੀ ਟੀਮ ਹੈ ਜਿਹੜੀ ਅੱਜ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਇੱਥੇ ਪਹੁੰਚੀ ਆ। ਪਰ ਮੈਂ ਸਾਰੇ ਵੀਰਾਂ ਦਾ ਅੱਜ ਇੱਥੇ ਆਉਣ ਤੋਂ ਵੀ ਧੰਨਵਾਦ ਕਰਦਾ ਵਾਂ। ਪਰ ਮੈਂ ਇਹ ਵੀ ਧੰਨਵਾਦ ਕਰਦਾ ਕਿ ਪਿਛਲੇ 6-7 ਸਾਲਾਂ ਦੇ ਆਪਣੇ ਪਿੰਡ ਪੱਧਰ 'ਤੇ ਲੱਗੇ ਸੀ, ਆਪਣੇ ਲਾਗੇ ਲਾਗੇ ਸਾਰੇ ਪਿੰਡਾਂ ਵਿੱਚ ਆਪਣੇ ਪਿੰਡ ਵਿੱਚ ਅਕਾਲੀਆਂ ਕਾਂਗਰਸ ਸੀ, ਇਹਨਾਂ ਨੇ ਲੜਿਆ ਅਤੇ ਲੜ ਕੇ ਆਮ ਆਦਮੀ ਪਾਰਟੀ ਨੂੰ 6-7 ਸਾਲਾਂ ਬਾਅਦ ਅਸੀਂ ਉਹਨਾਂ ਤੋਂ ਜਿੱਤੇ ਹਾਂ, ਜਿੱਤ ਪ੍ਰਾਪਤ ਕੀਤੀ ਹੈ। ਔਰ ਆਪਣੀ ਸਰਕਾਰ ਆਉਣ ਦੇ ਨਾਲ ਭਰਾਵਾਂ ਨੂੰ ਵੀ ਖੁਸ਼ੀ ਹੈ ਔਰ ਸਾਨੂੰ ਵੀ ਖੁਸ਼ੀ ਹੈ। ਇਸ ਕਰਕੇ ਇੱਥੇ ਜਿਹੜਾ ਵਾ ਇੱਥੇ ਖੁਸ਼ੀ ਦਾ ਇਜ਼ਹਾਰ ਕਰਨ ਮੇਰੇ ਕੋਲ ਪਹੁੰਚੇ। ਮੈਂ ਨਾ ਸਾਰੇ ਡੱਲ ਵਾਲੇ ਜਿੰਨੀ ਵੀ ਟੀਮ ਆਈ ਆ ਸਾਰੀ ਦਾ ਧੰਨਵਾਦ ਕਰਦਾ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਪਾਰਟੀ ਜਿੱਤ ਗਈ ਆ? ਸੰਦੇਸ਼ ਹਲਕੇ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਅਸੀਂ ਕਿ ਜਿਨ੍ਹਾਂ ਨੇ ਸਾਨੂੰ ਸੱਤਾ ਵਿੱਚ ਲਿਆਂਦਾ ਹੈ। ਔਰ ਲੀਡਰਸ਼ਿਪ ਨੂੰ, ਪਾਰਟੀ ਹਾਈਕਮਾਂਡ ਨੂੰ, ਸਾਰਿਆਂ ਨੂੰ ਬੇਨਤੀ ਕਰਦੇ ਕਿ ਲੋਕਾਂ ਨੂੰ ਸਾਡੇ ਕੋਲੋਂ ਜਿੱਦਾਂ 92 ਸੀਟਾਂ ਆਈਆਂ ਨੇ, ਜਿੱਦਾਂ ਸੀਟਾਂ ਜ਼ਿਆਦਾ ਆਈਆਂ ਨੇ, ਉਸ ਤਰ੍ਹਾਂ ਸਾਡੇ ਕੋਲੋਂ ਲੋਕਾਂ ਨੂੰ ਉਮੀਦਾਂ ਵੀ ਜ਼ਿਆਦਾ ਨੇ। ਔਰ ਪਰਮਾਤਮਾ ਕੀ ਮਿਹਰ ਕਰੇ ਔਰ ਸਾਰੀ ਸਾਡੀ ਲੀਡਰਸ਼ਿਪ ਰਲ ਕੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇ। ਔਰ ਸਮੁੱਚੇ ਹਲਕਾ ਵਾਸੀਆਂ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਜਿੱਤ ਦਵਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੌਜੂਦਾ ਬਲਾਕ ਸੰਮਤੀ ਮੈਂਬਰ ਕਾਂਗਰਸ ਵੱਲੋਂ ਹਾਂ। ਇਹਨਾਂ ਸਾਨੂੰ ਸਹੂਲਤਾਂ ਨਹੀਂ ਦਿੱਤੀਆਂ, ਅਸੀਂ ਇਸ ਪਾਰਟੀ ਨਾਲ ਰਲੇ ਹਾਂ। ਸਾਨੂੰ ਇਹਨਾਂ ਤੋਂ ਉਮੀਦ ਹੈ, ਸਰਦਾਰ ਸਰਵਨ ਸਿੰਘ ਜੀ ਧੁੰਨ, ਸਾਡਾ ਲਾਖਣਾ ਸਾਹਿਬ, ਸਾਡਾ ਸੁਰ ਸਿੰਘ ਵਾਲ ਸਾਹਿਬ, ਸਾਡੇ ਕਾਲੇ ਵਾਲੇ ਸਰਪੰਚ, ਮੈਂ ਇਹਨਾਂ ਨੂੰ ਮੇਰੇ ਵੱਲੋਂ, ਸਾਰੇ ਨਗਰ ਵੱਲੋਂ ਜਿੰਨੀਆਂ ਆਸ ਰੱਖੀ ਸੀ ਕਿ ਅਸੀਂ ਵੋਟ 1100 ਦੇ ਲਗਭਗ ਪਵਾਵਾਂਗੇ, ਪਰ 2200 ਅਤੇ ਕੁਛ ਵੋਟਾਂ ਲੀਕ ਵੋਟ ਸਾਡੇ ਪਿੰਡ ਦੀ ਪਈ ਆ। ਬਾਕੀ ਸਾਡੀ 1100 ਵੋਟ ਅਸਾਂ ਆਮ ਪਾਰਟੀ ਨੂੰ ਪਾਈ ਆ। ਅਸੀਂ ਪਿੰਡ ਦੇ ਦਲ ਦੇ ਜਿੰਨਾਂ ਵੀ ਵੋਟ ਪਾਈ ਆ, ਜਿੰਨਾਂ ਨਹੀਂ ਵੀ ਪਾਈ ਵੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਵੀਰ ਜੀ? ਮੇਰਾ ਨਾਮ ਵੀਰ ਜੀ ਕੁਲਦੀਪ ਸਿੰਘ, ਪਿੰਡ ਡੱਲ। ਅੱਜ ਤੁਸੀਂ ਪਹੁੰਚੇ ਹੋ ਗੁਰਦੇਵ ਸਿੰਘ ਲਾਖਣਾ ਦੇ ਗ੍ਰਹਿ ਵਿਖੇ, ਤੇ ਕੀ ਕਹਿਣਾ? ਹਾਂਜੀ, ਆਪਣੀ ਆਮ ਪਾਰਟੀ ਦੀ ਸਰਕਾਰ ਬਣ ਚੁੱਕੀ ਆ, ਉਹਦੀਆਂ ਗੁਰਦੇਵ ਭਾਜੀ ਉਹਨਾਂ ਨੂੰ ਅਸੀਂ ਵਧਾਈ ਦੇਣ ਆਏ ਹਾਂ ਵੀ ਲੱਖ ਲੱਖ ਵਧਾਈਆਂ ਹੋਣ, ਅਤੇ ਸਰਦਾਰ ਸਰਵਨ ਸਿੰਘ ਨੂੰ ਵੀ ਲੱਖ ਲੱਖ ਵਧਾਈ ਹੋਵੇ, ਅਤੇ ਸਰਦਾਰ ਜਸਵੀਰ ਸੋਹਰ ਸਿੰਘ ਜਿਹੜਾ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਹੋਵੇ, ਅਤੇ ਜਿੰਨੇ ਵੀ ਮੇਰੇ ਭਰਾ ਵਰਕਰ ਆ, ਵੋਟਰ ਆ, ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਹੋਣ। ਕੁਲਦੀਪ ਸਿੰਘ ਪ੍ਰਧਾਨ ਵੱਲੋਂ ਪਿੰਡ ਡੱਲ ਨੂੰ ਲੱਖ ਲੱਖ ਵਧਾਈਆਂ ਹੋਣ, ਅਤੇ ਸਾਰਿਆਂ ਦਾ ਧੰਨਵਾਦ ਹੋਵੇ ਭਰਾਓ, ਜਿਹੜੀ ਆਮ ਪਾਰਟੀ ਸਰਕਾਰ ਬਣ ਚੁੱਕੀ ਆ ਜੀ।